جي جي آسيون من دي ني آسيون من دي ني آسي حد شاكي ني آسيون من دي ني لڑائي ني آسيون كنو جاندے جاندے دل وچ علی لال ویرے ہاں اسی اونوں مل دے نہیں اسی اونوں مل دے نہیں بسم اللہ کرام جاندے جاندے دل وچ علی لال ویرے اسی اونوں مل دے بولن دے بھائی دل جو آگیا ہے ماتمیاں دا علی والے زندہ باد مولا تانوں سلامت رکھے جن علی اچھا جی پڑھ دے جی جی ہاں جی اگاڑی ہو گئی ہے ہن ایتھے نعرہ تے لواؤ کھلو کے ہن تے کہہ شاں چو جناب ذاکر قاضی شرافت صاحب آ گئے میں بسم اللہ کراں مولا ہور استاد دین جیو جشن میں ہن پڑھنا ہے ہے نا سارے دی طبیعت سرکار بھی سمے تمار نو کڑیاں پوا لیاں جھنگے منصف مزاج لوگو سرکار میشا میں تمار نو کڑیاں پوا لیاں ہن دم مارن دی جا نہیں جی انشاءاللہ جی وہ ماں پیو نو نصیب ہو ہن بس میرے آخری لمحات نے بارگاہ حسینی وچ میری ڈیوٹی مکمل ہو گئی میں ہن بھائی نو ممبر دینا جی قبلہ صاحب نو علامہ صاحب نو میرے تو بعد سرکار میشا میں تمار نو کڑیاں پوا لیاں تے لوگ ہاتھ ہلا ہلا کے آخرن میسم موت علی دا نوکر مسکرا کے آدھا نہیں نہیں دیدار علی بیدار ہونا انہاں کہ میسم تخت دار علی دا نوکر آدھا نہیں نہیں ملاقات علی میں میرے پاس ویکھو جی میں شالا او تیری زندگی ہوے او نہ کر نہ کر میرے پاس ویکھ بسم اللہ
ਇੰਝ ਮੈਂ ਪੜ੍ਹਨ ਵਾਲਾ ਜ਼ਾਕਰ ਹੀ ਨਹੀਂ ਸਰ। ਤੁਸੀਂ ਮੈਨੂੰ ਵੇਹਦੇ ਪਏ ਹੋ ਨਾ, ਤੇ ਮੈਂ ਵੀ ਤੁਹਾਨੂੰ ਵੇਹਣਾ ਪਿਆ। ਨਿਆਜ਼ੇ ਮੌਲਾ, ਹਾਂ ਬਸ ਜਿਤਨਾ ਮੇਰਾ ਵਕਤ ਹੈ ਉਸ ਵਿੱਚ ਮੇਰੇ ਪਾਸੇ ਵੇਖਣਾ, ਫਿਰ ਬਾਅਦ ਵਿੱਚ ਗੱਲਾਂ ਕਰਨਾ। ਸਰਕਾਰੇ ਮੀਸਾ ਮੈਂ ਤਮਾਰ, ਉਹਨਾਂ ਕਿਹਾ ਮੀਸਾ ਅਲੀ ਅਲੀ ਕਰਨਾ ਛੱਡ ਦੇ, ਸ਼ਹੀਦਾਂ ਦਾ ਨੌਕਰ ਆਦਾ, ਕੁਰਾਨ ਪੜ੍ਹਨ ਤੋਂ ਰੋਕ ਦਿਓ ਬੋਲਣਾ, ਤਾਂ ਉਸ ਨਾਲ ਜਿਹਨੂੰ ਸਮਝ ਆਉਣੀ ਹੈ। ਉਹਨਾਂ ਕਿਹਾ ਮੀਸਾ ਅਲੀ ਅਲੀ ਕਰਨਾ ਛੱਡ ਦੇ, ਸ਼ਹੀਦਾਂ ਦਾ ਨੌਕਰ ਆਦਾ, ਕੁਰਾਨ ਪੜ੍ਹਨ ਤੋਂ ਰੋਕ ਦਿਓ। ਉਹਨਾਂ ਕਿਹਾ ਮੀਸਮ ਤੇਰੀ ਜ਼ੁਬਾਨ ਘਟਾ ਦੇ, ਸਾਲੀ ਦਾ ਨੌਕਰ ਆ ਜਾ, ਤੁਹਾਨੂੰ ਪਤਾ ਮੈਂ ਜ਼ੁਬਾਨ ਤੋਂ ਅਲੀ ਅਲੀ ਆਦਾ, ਮੈਂ ਤੇ ਦਿਲ ਤੋਂ ਅਲੀ ਅਲੀ ਆਦਾ। ਹਾਏ ਹਾਏ ਬੋਲੇ ਜਿਹਨੂੰ ਸਮਝ ਆਈ ਹੈ, ਜਿਹੜਾ ਆਦੀ ਹੈ, ਜਿਹੜਾ ਆਦੀ ਹੈ ਬੋਲਣ ਦਾ, ਸ਼ਹੀਦਾਂ ਦੇ ਫਜ਼ਾਇਲ ਸੁਣ ਕੇ। ਉਹਨਾਂ ਕਿਹਾ ਮੀਸਮ ਤੇਰੀ ਲਾਸ਼ ਜਲਾ ਦੇ ਸਰ, ਰਾਖ ਉਡਾ ਦੇ ਸਰ, ਅਲੀ ਅਲੀ ਕਰਨਾ ਛੱਡ ਦੇ, ਨਹੀਂ ਤੇ ਸਾਡੀ ਕੋਈ ਮੰਨ ਲੈ, ਕੁਝ ਮਨਵਾ ਲੈ, ਕੁਝ ਮੰਨ ਲੈ, ਕੁਝ ਮਨਵਾ ਲੈ, ਅਲੀ ਦਾ ਨੌਕਰ ਆ ਜਾ, ਫਿਰ ਪਹਿਲੋਂ ਮੇਰੀ ਮੰਨੋ। ਉਹਨਾਂ ਆਖਿਆ ਜਲਦੀ ਮੀਸਮ ਦੀ ਮੰਨੋ, ਸਰਕਾਰੀ ਮੀਸਮ ਆਦਨ, ਮੇਰੀ ਇਹ ਮੰਨੋ ਕਿ ਸ਼ਾਹੀ ਐਲਾਨ ਕਰਵਾਓ, ਮਜ਼ਦੂਰਾਂ ਛੱਤਾਂ 'ਤੇ ਆ ਜਾਣ, ਮਰਦ ਬਾਜ਼ਾਰਾਂ 'ਚ ਆ ਜਾਣ, ਇੱਕ ਉੱਚੀ ਜੀ ਜਾਮ ਮੁੰਤਖਬ ਕਰੋ, ਉੱਥੇ ਅਲੀ ਦਾ ਨੌਕਰ ਖਲੋ ਕੇ ਆਪਣੇ ਇਖਤਿਆਰ ਬਿਆਨ ਕਰੇ। ਉੱਚੀ ਜੀ ਜਾਮ ਮਿਲ ਗਈ ਸ਼ਹੀਦਾਂ ਦੇ ਨੌਕਰ ਨੇ, ਉੱਥੇ ਸਰ ਫਖਦ ਨਾਲ ਬੁਲੰਦ ਕਰਕੇ ਜਿਹੜੀ ਗੱਲ ਕੀਤੀ, ਉਹ ਕਸੀਦੇ ਦੀ ਸ਼ਕਲ ਜਨਾਬ ਨੂੰ ਸੁਣਾਵਾਂ। ਸਰਕਾਰੀ ਮੀਸਮ ਤਮਾਰ ਨੂੰ ਉੱਚੀ ਜੀ ਜਾਮ ਮਿਲੀ, ਲੋਕਾਂ ਦਾ ਜੰਮੇ ਗਫੀਰ, ਮਜ਼ਦੂਰਾਂ ਛੱਤਾਂ 'ਤੇ, ਮਰਦ ਬਾਜ਼ਾਰਾਂ ਵਿੱਚ। ਉਹਨਾਂ ਆਖਿਆ ਇਹ ਹੁਣੇ ਤਾਰੀਫ ਕਰ ਸੀ ਸਾਡੀ, ਅਲੀ ਦਾ ਨੌਕਰ ਉੱਚੀ ਜੀ ਜਾ 'ਤੇ ਖੜ੍ਹ ਗਿਆ, ਸਰਕਾਰੀ ਮੀਸਮ ਆਦਿਨ।